ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ, ਫਿਰ ਵਾਪਸ ਆਉਂਦੇ ਦੇਖਿਆ, ਫਿਰ ਸ਼ਹਿਰ ਜਾਂਦੇ ਦੇਖਿਆ, ਫਿਰ ਵਾਪਸ ਆਉਂਦੇ ਦੇਖਿਆ। ਇੱਕ ਦਿਨ ਮੈਂ ਪੁੱਛ ਲਿਆ, ਦਾਦਾ ਜੀ ਬਾਬਾ ਕਹਿੰਦੇ ਸਾਡੇ ਮਨ ਵਿੱਚ, ਬਾਬਾ ਕਹਿੰਦੇ ਆ ਦਾਦਾ ਜੀ। ਮੈਂ ਕਿਹਾ ਬਾਬਾ ਕਿੱਥੇ ਜਾਂਦਾ ਹੁੰਦਾ ਰੋਜ਼ ਤੇ ਕਿੱਥੋਂ ਆ ਜਾਂਦਾ ਹੁੰਦਾ? ਉਹ ਕਹਿੰਦਾ ਤੈਨੂੰ ਨੀ ਪਤਾ ਪੁੱਤ ਕੰਮਾਂ ਦਾ, ਬਸ ਜੇ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ। ਮੈਂ ਕਿਹਾ ਵੀ ਪਤਾ ਨੀ ਕਿਹੜਾ ਕੰਮ ਹੈ। ਕੰਮ ਕੀ ਸੀਗਾ ਜੀ? ਫਰਦ ਕਢਾਉਣੀ ਸੀ। ਫਰਦ ਨੇ ਹੀ ਜ਼ਿੰਦਗੀਆਂ ਖਰਾਬ ਕਰ ਰੱਖੀਆਂ। ਅੱਜ ਸਭ ਤੋਂ ਵੱਧ ਮੈਂ ਫਰਦ ਕੇਂਦਰ ਤੇ ਗਿਆ, ਸਭ ਤੋਂ ਵੱਧ ਫਰਦ ਹੀ ਨਿਕਲ ਰਹੀਆਂ ਨੇ। ਅੱਜ ਵੀ 100 ਤੋਂ ਪਾਰ ਕਰੀ ਬੈਠੇ ਨੇ, ਬਾਕੀ ਕੋਈ 15 ਹੈ, ਕੋਈ 17 ਹੈ, ਕੋਈ 20 ਹੈ, ਕੋਈ 25 ਹੈ, ਫਰਦਾਂ 100। ਯਾਰ ਸਾਡੀ ਜ਼ਮੀਨ ਹੈ, ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ, ਕਿਸੇ ਹੋਰ ਦੀ ਫਰਦ ਮੰਗਦੇ ਆ? ਅੱਛਾ ਹੋਰ ਵਾਲੇ ਤਾਂ ਪਹਿਲੀ ਨੂੰ ਕੱਢ ਲੈਂਦੇ ਨੇ, ਨਜਾਇਜ਼ ਕਬਜ਼ੇ ਵਾਲਿਆਂ ਨੂੰ ਤਾਂ ਪਤਾ ਨੀ ਕਿੱਥੋਂ ਮਿਲ ਜਾਂਦੀਆਂ ਨੇ ਜਿਹੜੀਆਂ ਫਰਦਾਂ। ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ, ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ, ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ। ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ। ਸੋ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ, ਅੱਜ ਜਗ੍ਹਾ ਜਗ੍ਹਾ ਤੇ। ਮੇਰੇ ਕੋਲ ਇੱਕ ਵੀਡੀਓ ਆਈ ਹੈ, ਮੋਗੇ ਕੋਲ ਇੱਕ ਮੁੰਡੇ ਦਾ ਵਿਆਹ ਸੀ, ਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਸ਼ਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ। ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ, ਕਦੇ ਮਾਮਾ ਨਹੀਂ ਆਇਆ, ਕਦੇ ਭੂਆ ਰੁੱਸ ਗਈ, ਕੀ ਕਰੀਏ ਹੁਣ? ਸੋ ਇਸ ਕਰਕੇ ਇਹ ਜਿਹੜੀਆਂ ਖੱਜਲ ਖੁਆਰੀਆਂ ਨੇ ਬੰਦ ਕਰਨੀ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ, ਪਰ ਕਿਉਂਕਿ ਦਿੱਲੀ ਆ, ਉਹ ਉੱਥੇ ਚੱਲਣ ਨਹੀਂ ਦਿੰਦੇ, ਉੱਥੇ ਆਪਦੀਆਂ ਮਰਜ਼ੀਆਂ ਕਰਦੇ ਆ। ਪਰ ਪੰਜਾਬ ਹੈ, ਪੰਜਾਬ ਆਪਦੀ ਮਰਜ਼ੀ ਕਰਦਾ, ਪੰਜਾਬੀ ਆਪਦੀਆਂ ਮਰਜ਼ੀਆਂ ਕਰਦੇ ਆ। ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ, ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ। ਦਫ਼ਤਰਾਂ ਚ ਰੁਲਣਾ ਨਹੀਂ ਪਊਗਾ, ਹੁਣ ਖੱਜਲ ਖੁਆਰੀਆਂ ਨਹੀਂ ਹੋਣਗੀਆਂ। ਛੋਟੇ ਛੋਟੇ ਕੰਮ ਨੇ, ਕੰਮ ਜੰਮੀ ਕੋਈ ਖਾਸ ਨਹੀਂ ਹੈਗੇ। ਬੀਸੀ ਸਰਟੀਫਿਕੇਟ ਲੈਣਾ, ਕੁੜੀ ਬੀਸੀ ਹੈ, ਮੁੰਡਾ ਬੀਸੀ ਹੈ, ਸਰਟੀਫਿਕੇਟ ਲੈਣਾ, ਪਰਸੋਂ ਨੂੰ ਆਈ ਕੱਲ ਨੂੰ ਉਹਦੀ ਐਡਮਿਸ਼ਨ ਦੀ ਡੇਟ ਲੰਘ ਜਾਂਦੀ ਉਹਨੇ ਚਰਚ। ਉਹ ਜਿਹੜਾ ਆਈ ਹੁੰਦਾ ਨਾ, ਅਸਲ ਚ ਆਈ ਨਹੀਂ ਹੁੰਦਾ, ਉਹ ਲਿਆਈ ਹੁੰਦਾ ਅਸਲ ਚ। ਆਈ ਜਿੰਨਾ ਮਰਜ਼ੀ ਜਾਓ ਉਹ ਨਹੀਂ ਆਉ, ਦੁਬਾਰੇ ਕਹੀ ਜਾਣਗੇ ਫਿਰ ਏਦਾਂ ਆਈ, ਫਿਰ ਏਦਾਂ ਆਈ। ਜਿੱਦਾਂ ਕੁਛ ਲਿਆਓਗੇ ਉਦਾਂ ਨਹੀਂ ਕਹਿੰਦੇ ਵੀ ਹੁਣ ਆਈ, ਕਹਿੰਦੇ ਬਹੁਤ ਹੋ ਗਿਆ ਕੰਮ ਤੇ। ਸੋ ਇਹ ਬੰਦ ਕਰਨਾ,